आज तू सबके पर आग को मुंह मोड़ के तुर जा तुर जा तुर हैं। अल्लाह ने तेरे चार टके की दे दी तेरे, तू अपनी औकात तो अपनी राह ही बदल छोड़, अपने दोस्त ही बदल ले, अपने ताल्लुक ही तो बदल ले, माड़ी भैन को नहीं जानते कि कितने पैसे ना मांगे, बच्चे दा रिश्ता ना मांगे, बच्ची दा रिश्ता ना मांगे, चाचे दे पुत्तर मामे दे पुत्तर हैं वो तेरे दूर हो गए ने तेरे हुन जेरे जे हम सब दोस्त हो तेरे यार हो गए याद रख। अरे अमीरी भी मेरे रब बोले, गरीबी भी मेरे रब बोले, ਇਹ ਗਿਲੇ ਵਾਲੀ ਗੱਲ ਨਹੀਂ। ਕਈਆਂ ਨੂੰ ਉਹ ਇੰਨਾ ਦੇਵੇ ਕਿ ਬਸ ਬਸ ਕਰਨ ਜ਼ੁਬਾਨੋਂ, ਤੇ ਕਈਆਂ ਨੂੰ ਫਿਰ ਕੁਝ ਨਾ ਦੇਵੇ ਖਾਲੀ ਜਾਨ ਹੈ। ਅਗਰ ਕਿਸੇ ਨੂੰ ਕੁਝ ਨਹੀਂ ਦੇ ਰਿਹਾ ਸਮਝ ਤੋਂ ਮੈਨੂੰ ਨਾ ਦੇ ਕੇ ਅਜ਼ਮਾ ਰਿਹਾ, ਤੈਨੂੰ ਦੇ ਕੇ ਅਜ਼ਮਾ ਰਿਹਾ, ਤੈਨੂੰ ਮਾਲ ਦੇ ਕੇ ਅਜ਼ਮਾ ਰਿਹਾ, ਉਹਨੂੰ ਨਾ ਦੇ ਕੇ ਅਜ਼ਮਾ ਰਿਹਾ। ਇਸ ਵਾਸਤੇ ਖਾਨਦਾਨੀ ਹਲਾਲੀ ਬੰਦਾ ਹੁੰਦਾ ਜਿਹੜਾ ਆਪਣੀ ਔਕਾਤ ਨਾ ਭੁੱਲੇ, ਜਿਹੜਾ ਆਪਣੇ ਰਿਸ਼ਤੇ ਨਾ ਭੁੱਲੇ, ਆਪਣੇ ਲੰਗੋਟੀਏ ਯਾਰ ਨਾ ਭੁੱਲੇ, ਆਪਣਾ ਸ਼ਰੀਕਾ ਨਾ ਭੁੱਲੇ। ਅਸੀਂ ਸ਼ਰੀਕੇ ਨੂੰ ਤੁਸੀਂ ਨਹੀਂ ਸਮਝ ਲਿਆ, ਸ਼ਰੀਕ ਦਾ ਮਤਲਬ ਹੁੰਦਾ ਜਿਹੜਾ ਗਮੀ ਵਿੱਚ ਖੁਸ਼ੀ ਵਿੱਚ ਸ਼ਰੀਕ ਹੋਵੇ ਉਹਨੂੰ ਸ਼ਰੀਕ ਸ਼ਰੀਕ। ਅਸੀਂ ਸਮਝਿਆ ਜਿਹੜਾ ਜੜਾਂ ਵੱਡੇ ਉਹ ਸ਼ਰੀਕ ਸ਼ਰੀਕ ਖੁਸ਼ੀਆਂ ਕੁਰਬਾਨ ਜਾਵਾਂ ਮੇਰੇ ਨਬੀ ਦੀ ਸੀਰਤ ਕੀ ਹੈ। ਅੱਜ ਤੂੰ ਭੈਣ ਦੇ ਦਰਵਾਜ਼ੇ ਕੋਲ ਮੁੜ ਜਾਂਦਾ ਮੇਰੇ ਆਕਾ, ਜਿਸ ਵਕਤ ਆਏ ਨਾ ਮੱਕੇ ਜਦੋਂ ਪਹੁੰਚੇ, ਮੱਕਾ ਜਦੋਂ ਫਜਰ ਹੋਇਆ ਜਦੋਂ ਮੱਕੇ ਪਹੁੰਚੇ, ਉਸ ਵਕਤ ਜਦੋਂ ਹਜ਼ੂਰ ਪਹੁੰਚੇ ਨੇ ਤੇ ਉਮੇ ਆਨੀ ਹਜ਼ੂਰ ਦੀ, ਇਹ ਉਹ ਚਾਚਾ ਜ਼ਾਦ ਭੈਣ ਹੈ, ਚਾਚੇ ਦੀ ਬੇਟੀ ਹੈ, ਉਹ ਭੈਣ ਹੈ ਕਿ ਜਿਹਦੇ ਕਰੋ ਹਜ਼ੂਰ ਨੂੰ ਮਿਰਾਜ ਮਿਰਾਜ ਤੇ ਕਲਮਾ ਪੜਿਆ ਪੜਿਆ ਕਲਮਾ ਪੜਿਆ ਤੇ ਉਹ ਖਾਮਦ ਛੱਡ ਛੱਡ ਗਿਆ। ਅੱਠ ਅੱਠ ਬੱਚੇ ਸਨ ਕਿ ਫਾਕਾ ਕਸ਼ੀ ਦਾ ਆਲਮ ਸੀ, ਪੱਥਰਾਂ ਆਪਣਾ ਖਜੂਰਾਂ ਦੇ ਗਿੱਟਕਾ ਚੁੱਕ ਚੁੱਕ ਕੇ ਬੱਚਿਆਂ ਨੇ ਖਾਣਾ ਖਾਣਾ ਤੇ ਬਾਗਾਂ ਦੀ ਮਜ਼ਦੂਰੀਆਂ ਨਹੀਂ ਕਹਿੰਦੇ ਕਿਆ ਬੱਚਿਆਂ ਨੇ ਕਰਨੀਆਂ ਤੇ ਫਿਰ ਘਰ ਦਾ ਰਾਸ਼ਨ ਥੋੜਾ ਬਹੁਤਾ ਪਤਾ ਕਈ ਕਈ ਜਾਂਦੇ ਫਾਕੇ ਹੋਣੇ। ਜਿਸ ਵਕਤ ਹਜ਼ੂਰ ਪਹੁੰਚੇ ਤੇ ਸਾਰੇ ਭੈਣਾਂ ਤੇ ਫਿਰ ਭਰਾਵਾਂ ਦੀਆਂ ਗੱਲਾਂ ਕਰਦੀਆਂ ਨਾ, ਭੈਣਾਂ ਦੇ ਭਰਾਵਾਂ ਦੀ ਗੱਲਾਂ ਕਰਦੀਆਂ। ਅੱਜ ਕਿਤੇ ਨਾ ਕਿਤੇ ਤੈਨੂੰ ਭਾਂਜੇ ਮਿਲਣ ਨਾ ਤੇ ਬਖਨਾ ਕਰਦੇ ਕਿ ਸਜਦੇ ਵੀ ਮਾਮਾ ਮਾਮਾ ਕਿਹਦੇ ਵਾਸਤੇ ਦੁਆਵਾਂ ਕਰ। ਇਨਸ਼ਾਅੱਲਾ ਮੇਰੇ ਵੀਰ ਦੀ ਖੈਰ ਹੋਵੇ, ਮੇਰੇ ਵੀਰ ਦੀ ਖੈਰ ਹੋਵੇ। ਅੱਜ ਵੀ ਗਰੀਬੀ ਕੱਟ ਲੈਂਦੀਆਂ, ਤੇਰੇ ਕੋਲ ਕੁਝ ਵੀ ਨਹੀਂ ਲੈਂਦੀਆਂ, ਤੇਰੀ ਜਾਇਦਾਦ ਵੀ ਆਪਣੀ ਜਾਇਦਾਦ ਵੀ ਤੈਨੂੰ ਦੇਣੀਆਂ, ਆਪਣੇ ਹਿੱਸੇ ਦੇ ਸਾਰੀਆਂ ਜਿਹੜੀ ਪ੍ਰਾਪਤੀ ਤੈਨੂੰ ਦੇ ਕੇ ਵੀ ਫਿਰ ਵੀ ਤੇਰੇ ਵਾਸਤੇ ਕਦੀ ਆਪਣੇ ਭਾਂਜਿਆਂ ਨੂੰ ਮਿਲਣ ਨਾ ਉਹਨਾਂ ਨੂੰ ਪੁੱਛੀ ਤੇਰੀਆਂ ਤੁਹਾਡੀਆਂ ਮਾਵਾਂ ਕੀ ਕਰਦੀਆਂ। ਖੁਦਾ ਦੀ ਕਸਮ ਰੱਖ ਮੇਰੇ ਸਿਰ ਤੇ ਕੁਰਾਨ, ਮੈਂ ਤੈਨੂੰ ਦੁਨੀਆਂ ਦੀ ਗੱਲ ਸੁਣਾ ਰਿਹਾ, ਤੇਰੀਆਂ ਭੈਣਾਂ ਅੱਜ ਵੀ ਤੇਰੇ ਵਾਸਤੇ ਦੁਆਵਾਂ, ਮੈਂ ਸਦਕੇ ਤੇ ਕੁਰਬਾਨ ਜਾਵਾਂ। ਜਿਸ ਵਕਤ ਉਹ ਉਮਿਆਨੀ ਦੇ ਬੱਚਿਆਂ ਨੇ ਵੇਖਿਆ ਨਾ ਹਜ਼ੂਰ ਨੂੰ, ਵੇਖਿਆ ਤੇ ਜ਼ੁਕ ਮਾਂ ਤੇ ਰੋਜ਼ਾਨਾ ਜ਼ਿਕਰ ਕਰਦੀ ਸੀ ਨਾ ਕਿ ਤੁਹਾਡਾ ਮਾਮੂ ਇੰਜੇ ਤੇ ਕਹਿ ਲੱਗੇ ਅੰਮਾ ਜਿਸ ਮੁਹੰਮਦ ਦੀਆਂ ਗੱਲਾਂ ਸੁਣਨਾ ਸਾਨੀ ਹੈ ਅੱਜ ਉਹਨਾਂ ਨੂੰ ਮੈਂ ਵੇਖਿਆ, ਅੱਜ ਵੇਖਿਆ ਅੱਜ ਅੱਗੇ ਪਿੱਛੇ ਸਿਆਬਾ ਉਹ ਤੇ ਬਹੁਤ ਵੱਡਾ ਬਾਦਸ਼ਾਹ ਹੈ, ਅੱਗੇ ਪਿੱਛੇ ਸਿਆਬਾ ਤੇ ਨੌਕਰ ਤਖਤ ਬੰਨ ਕੇ ਖੜੇ ਤੇ ਫਰਿਸ਼ਤੇ ਜਿਹਦੀ ਤਾਜ਼ੀਮ ਕਰਦੇ ਸਾਨੀ ਚੁੱਕਦੇ, ਉਹ ਤੇ ਨਬੀਆਂ ਦਾ ਸਰਦਾਰ, ਉਹ ਤੇਰਾ ਭਰਾ ਹੈ, ਉਹ ਤੇਰਾ ਭਰਾ ਹੈ, ਮੇਰਾ ਭਰਾ ਹੈ। ਅਰਜ਼ ਕੀਤੀ ਅੰਮਾ ਅੱਗੇ ਤੇ ਕਹਿੰਦੇ ਕਿ ਸਾਡੇ ਘਰ ਆ ਕੇ ਸੌਂਦੇ ਹੁੰਦੇ ਸਨ, ਕੈਲੂਲਾ ਦੁਪਹਿਰ ਦਾ ਤੇਰੇ ਘਰ ਕਰਦੇ ਸਨ, ਹੁਣ ਸਾਡੇ ਘਰ ਆਣਗੇ, ਹੁਣ ਸਾਡੇ ਘਰ ਆਣਗੇ। ਭੈਣ ਸੀ ਨਾ ਕਹਿ ਲੱਗੀ ਪੁੱਤਰ ਹੁਣ ਜ਼ਰਾ ਭਰਾ ਦੀ ਮਸੂਤੀ ਜ਼ਿਆਦਾ ਹੋ ਗਈ, ਤੇ ਹੁਣ ਕੀ ਪਤਾ ਉਦੋਂ ਤੇ ਆ ਜਾਂਦੇ ਹੁੰਦੇ ਸਨ, ਤੇ ਹੁਣ ਪਤਾ ਨੀ ਮੈਂ ਯਾਰ ਨਹੀਂ ਹੈ। ਇਹ ਗੱਲਾਂ ਲਾ ਹੋ ਰਹੀਆਂ ਨੇ, ਖੋਲ ਤੇਰੀ ਛੇਵੀਂ ਕਾ ਖੁਦਾ ਦੀ ਕਸਮ ਹੈ, ਇਹ ਗੱਲਾਂ ਲਾ ਹੋ ਰਹੀਆਂ ਨੇ। ਇਨੀ ਦੇਰ ਨੂੰ ਦਰਵਾਜ਼ੇ ਦੀ ਦਸਤਕ ਕੋਈ ਤੇ ਵੇਖਿਆ ਕੌਣ ਹੈ ਨਬੀਆਂ ਦਾ ਤਾਜਦਾਰ ਦਰਵਾਜ਼ੇ ਕੇ ਖੜਾ ਹੈ, ਤੂੰ ਭੈਣ ਦੇ ਘਰ ਦੇ ਕੋਲ ਨਾ ਜਾਣਾ, ਤੂੰ ਫੋਨ ਨਹੀਂ ਕਰਦਾ ਘਰ ਦੇ ਕੋਲ, ਪੈਸੇ ਨਾ ਮਸਲੇ ਵੇਖ ਮੇਰੇ ਨਬੀ ਦੀ ਸੀਰਤ। ਆਖਿਰਕਾਰ ਜਿਸ ਵਕਤ ਹਜ਼ੂਰ ਨੇ ਆਪਨੇ ਦਰਵਾਜ਼ਾ ਖੋਲਿਆ ਤੇ ਦੇਖਿਆ ਭਰਾ ਆਇਆ ਔਰ ਭੈਣ ਔਰ ਆਪਣਾ ਕੁਝ ਨਾ ਸਮਝੀ ਮੇਰਾ ਵੀਰ ਆ ਗਿਆ ਔਰ ਭੈਣ ਗਰੀਬ ਨਹੀਂ ਭੈਣ ਹੈ ਤੇ ਬੱਚਿਆਂ ਦੇ ਤਨ ਦੇ ਕੱਪੜੇ ਵੀ ਪੂਰੇ ਨਹੀਂ ਤੇ ਮੇਰੇ ਕਰੀਮ ਤੇ ਲਜਪਾਲ ਆਕਾ ਸੀ, ਹੁਣ ਭੈਣ ਸੋਚੀ ਪਈ ਹੈ ਕਿ ਮੈਂ ਬਿਠਾਵਾਂ ਕਿੱਥੇ, ਇਹ ਵੀਰ ਕੌਣ ਹੈ 14 ਤਬਕ ਦਾ ਰਸੂਲ ਜਿਸ ਵਕਤ ਘਰ ਪਹੁੰਚੇ ਮੇਰੇ ਆਕਾ ਨੇ ਫਰਮਾਇਆ ਕਿ ਬੜੇ ਬੜੇ ਖਾਣੇ ਆ ਸਨ ਮਿਲਦੇ ਸਨ ਪਏ, ਲੇਕਿਨ ਮੇਰਾ ਦਿਲ ਕਰਦਾ ਸੀ ਮੈਂ ਆਪਣੀ ਭੈਣ ਘਰੋਂ ਜਾ ਕੇ ਖਾਵਾਂ, ਕੋਈ ਖਾਣ ਨੂੰ ਹੈ ਵੇ ਥੱਲੇ ਜ਼ਮੀਨ ਤੇ ਬੈਠ ਕੇ, ਭੈਣ ਦੇ ਘਰ ਦੇ ਕਈਆਂ ਦਿਨਾਂ ਤੋਂ ਕੁਝ ਨਹੀਂ ਸੀ, ਹੈਂ ਅੰਦਰ ਕਮਰੇ ਤੇ ਗਈ ਤੇ ਮੰਦੀ ਪਈ, ਅੱਲਾ ਤੇਰਾ ਹਬੀਬ ਮੇਰੇ ਘਰ ਆ ਗਿਆ, ਮੈਂ ਕੀ ਪੇਸ਼ ਕਰਾਂ,
तेरा भी मेरे घर आ गया। मैं की पेश करा देख मेरे नबी दी सीरत ते कंज मेरे नबी ने गरीबा नु सीने नाल लाया ते कंज झोलियां भरियां भरियां मेरी सरकारे बता रहे सरचन जदों काफी देर ना ना आईयां मैं मां किथे गई जी बच्चियां नु पुछया ते बच्चे कह लगे अम्मी खाना बनाण गई ने ते हुजूर समझ गए हुजूर ने फरमाया मियां नी फिकर ना कर कोई 4-5 दिन पुराना रोटी दा टुकड़ा आई बे तू ही ले आया परेशान 4-5 दिन पुराना रोटी दा टुकड़ा जौ दी रोटी दा टुकड़ा जेड़ा जेड़ा बिल्कुल सख्त से जेड़ा किथे भी जा रिया वो लेके आई पानी दा गिलास प्याला पानी दा पानी कीता हुजूर ने मैं कोई गल नहीं मैं इदे ते ही राजी हुजूर ने खादा ते दावा दे कीता ऐ मेरे तेरे नबी दे सिरे आज तो होनी रिश्ते आज तेरे को दुनिया के 4 पैसे आ गए तो अपने रिश्ते पुछते तो सके चाचे नु नहीं बुलांदा छोटी जी गल ते मन्नू इने पुछया नहीं सी फलां ही इने कीदा ओथे इने मेरे को अपना तू अफसर है तेरे को मशवरा लेंदे तेनु कौन अपना अपना तेनु कदम हुजूर ने फरमाया जेड़ा तुहाडे नाल तल्लुक तोड़ दे मेरी सीरत देवे मेरा पैगाम सीरत नाल तल्लुक जोड़ दे बुढ़े मां बाप खुदा दी कसम है रोंदे ने साडे अगे बदतमीज तरीर छे पुत्र ने लेकिन मां प्यो दा लैन वाला इतने शादियां होंदियां ने बीवियां लेके सैदो बुड्ढा बाप रो रहा है अपना खून अपना जिगर पिघला के पाले बाप रो रहा है मां रो रही है हैं इतने दी शादी की थी इतना ही अपनी औकात ही बदल गई अपने रिश्तेदारी अपने बुढ़े माँ बाप को बुला खुदा दी इज्जत की कसम है मैं तेनु एक गारंटी ना कहना है अगर आज तू माँ प्यो की कदर ना ना कीती एक वक्त ऐसा आएगा तेरा जनाजा पड़ने का टाइम अगर आज तेरे को अपने माँ बाप वास्ते टाइम नहीं आम गल हजूर ने फरमाया हर गुनाह दी सजा मरण के बाद मिलेगी माँ बाप का गुस्ताख होनी देर तक नहीं मरेगा जितनी देर तक दुनिया ते ही जलील होना शुरू मैं रुल दे बैठे ने मां बाप को गुस्ताख इस वास्ते पैगाम ले जा अगो पता नहीं या किस्मत या नसीब अपने रूठे मां बाप को बुला ले रूठे मां बाप को बुला ले खुदा दी इज्जत की कसम मैं नहीं कहता तू अपना दरबारा ते ना जा जरूर जा पीरा को मैं कायल हां मैं नस्बत वाला बंदा हां हां लेकिन याद रख तेनु पीर भी उतनी देर तक कुछ नहीं दे सकदा जितनी देर तक घर वाले पीर प्यो को खर्चा देने बात कर दूं अपना 1,000 रुपया नहीं दे सकता ते पीर दे आस्ताने लखा पैर उठा ले ते प्यो को दवाई बात ते खर्चा कौन नहीं एक ऐसी मोहब्बत है जरूर जा दादा साहब के दरबार ते जरूर जा इमाम बरी की अपना अपना सरकार के दरबार ते जरूर जा लेकिन अगर तेरे मां बाप दुनिया तो तुर गए ने ना याद रख अपने मां बाप के मजार पे जा खुदा की इज्जत की कसम है वलियां के दरबार ते फैजान मिलता है मैं कायल है तुम बता कि अपना किसी ने अपना गलत फहमी हो जाए लेकिन याद रख मेरे नबी का फरमान है मेरे आका ने फरमाया जेड़ा ताबेदार पुत्र जुम्मे वाले दिन अपने मां बाप की कब्र की ज़ियारत करता है हज का दम मबरूर है अल्लाह मकबूल हज का सवाब अगर चाहना है अगर चाहना है कि तेरी औलाद तेरी कदर करे अपनी औलाद के सामने अपनी मां की कदर कर अपने बुढ़े प्यो की कदर कर दे अगर तेरे बच्चे नु पता होवे कि साडे प्यो ने साडे बाप नु अपने बाप नु संभाया साडे दादे ने अपनी दादी नु संभाया जे तू बुढ़ी मां नु झटका मारिया बच्चे दे सामने हैं बीवी दे सामने मां नु जलील करेगा बच्चे दे सामने प्यो नु जलील करेगा तू सोच लेगा कि तेरे बच्चे तेरे बन जाएंगे ना ना नहीं तेरे बच्चे मता तेनु गुमान होवे लिख ले वक्त देख ले लिख ले मेरी गल अगर तू मां बाप का नहीं ना बनया तेरे बच्चे भी तेरे खुदा दी कसम इत्थे भी ओदा बेड़ा पार है अग्गे भी बड़ा पार है बच्चे ने दो तीन